ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵੀਰ ਸਿੰਘ ਹੈ ਅਤੇ ਮੈਂ ਸੈਂਟਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿੱਚ ਪੜ੍ਹਾਈ ਕਰ ਰਿਹਾ ਹਾਂ ਅਤੇ ਸ਼ਬਦ ਕੀਰਤਨ ਵੀ ਘੁਮਾਣ ਹੀ ਸਿੱਖ ਰਿਹਾ ਹਾਂ ਸੁਰਤਾਲ ਅਕੈਡਮੀ ਵਿੱਚ, ਜੋ ਕਿ ਅਸ਼ੋਕ ਕੁਮਾਰ ਜੀ ਕੀਰਤਨ ਦੇ ਉਸਤਾਦ ਹਨ। ਸਤਿੰਦਰ ਕੌਰ ਪੰਨੂ, ਪ੍ਰਿੰਸੀਪਲ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁਮਾਣ। ਸਾਡਾ ਇਹ ਸਕੂਲ 86 ਤੋਂ ਘੁਮਾਣ ਦੇ ਵਿੱਚ ਸਥਿਤ ਹੈ ਔਰ ਜਦੋਂ ਦਾ ਇਹ ਸਕੂਲ ਸਥਾਪਿਤ ਹੋਇਆ, ਬਾਬਾ ਨਾਮਦੇਵ ਜੀ ਦੀ ਸਰਪ੍ਰਸਤੀ ਹੇਠ ਇਹ ਸਕੂਲ ਚੱਲ ਰਿਹਾ, ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਇਸ ਇੰਸਟੀਟਿਊਸ਼ਨ ਨੂੰ। ਬੇਤਹਾਸ਼ਾ ਸਟੂਡੈਂਟਸ ਉਹਨਾਂ ਦੇ ਮਿਹਰਬਾਨੀ ਕਰਕੇ ਇੱਥੋਂ ਨਿਕਲੇ ਨੇ, ਆਪਣੇ ਆਪਣੇ ਕੈਰੀਅਰ ਨੂੰ ਛੋਹਿਆ, ਉਹਨਾਂ ਨੇ ਮੰਜ਼ਿਲਾਂ ਸਰ ਕੀਤੀਆਂ ਨੇ। ਕਿਸਮੇ ਕਿਤਨਾ ਹੈ ਦਮ ਦੇ ਵਿੱਚ ਇਹਨੇ ਹਿੱਸਾ ਲਿਆ ਔਰ ਸ਼ਬਦ ਕੀਰਤਨ ਦੇ ਵਿੱਚ ਇਹਨੇ ਕਾਫੀ ਮੰਜ਼ਿਲਾਂ ਪਾਰ ਕਰ ਲਈਆਂ ਨੇ ਅਤੇ ਅਸੀਂ ਦੁਆ ਕਰਦੇ ਹਾਂ ਕਿ ਇਹ ਮੰਜ਼ਿਲਾਂ ਇਹਦਾ ਲਕਸ਼ ਹੀ ਬਣੀਆਂ ਰਹਿਣ ਔਰ ਇਹ ਆਪਣੇ ਲਕਸ਼ ਦੀ ਪ੍ਰਾਪਤੀ ਪੂਰਨ ਰੂਪ 'ਚ ਕਰਕੇ ਵਾਪਸ ਪਰਤੇ। ਕਿਸੇ ਵੀ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਕਿਸੇ ਨਾ ਕਿਸੇ ਸਾਧਨ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਔਰ ਬੜੀ ਖੁਸ਼ੀ ਹੈ ਸਾਨੂੰ ਕਿ ਇਸ ਪ੍ਰੋਗਰਾਮ ਦੇ ਸੰਚਾਲਕ ਸ਼੍ਰੀ ਵਰੁਣ ਬਾਂਸਲ ਜੀ ਨੇ ਪਿੰਡ ਦੇ ਵਿੱਚ ਔਰ ਜਿਹੜੇ ਬੱਚੇ ਆਪਣੇ ਆਪ ਨੂੰ ਐਕਸਪੋਜ਼ ਆਫ ਨਹੀਂ ਕਰ ਸਕਦੇ ਸੀ, ਜਿਨ੍ਹਾਂ ਨੂੰ ਕੋਈ ਸਾਧਨ ਨਹੀਂ ਸੀ ਮਿਲਦੇ ਜਾਂ ਜਿਨ੍ਹਾਂ ਨੂੰ ਕੋਈ ਬੈਕਅਪ ਕਰਨ ਵਾਲਾ ਨਹੀਂ ਸੀ, ਇਹੋ ਜਿਹੇ ਵਿਦਿਆਰਥੀ ਜਾਂ ਇਹੋ ਜਿਹੇ ਬੱਚਿਆਂ ਦੇ ਲਈ ਉਹਨਾਂ ਨੇ ਬੜੀ ਖੁੱਲ੍ਹ ਦਿਲੀ ਦੇ ਨਾਲ ਪਿੰਡ ਪਿੰਡ ਜਾ ਕੇ ਆਪਣੇ ਪ੍ਰਚਾਰ ਕੀਤਾ ਔਰ ਉਹਨਾਂ ਬੱਚਿਆਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਇੱਕ ਮੌਕਾ ਦਿੱਤਾ ਔਰ ਅਸੀਂ ਚਾਹਾਂਗੇ ਕਿ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਉਹਨਾਂ ਦੱਬੇ ਕੁਚਲੇ ਜਿਹੜੇ ਬੱਚੇ ਨੇ ਜਾਂ ਜਿਨ੍ਹਾਂ ਦੀ ਆਵਾਜ਼ ਨੂੰ ਕੋਈ ਸੁਣਦਾ ਨਹੀਂ। ਅਸੀਂ ਕਈ ਵਾਰੀ ਫਿਲਮਾਂ ਵੀ ਦੇਖਦੇ ਹਾਂ ਜਿਹਦੇ ਵਿੱਚ ਉਸ ਪ੍ਰੋਡਿਊਸਰ ਨੇ ਸ਼ੋਅ ਕੀਤਾ ਹੁੰਦਾ ਕਿ ਇੱਕ ਭਿਖਾਰੀ ਮੰਗਦਾ ਜਾ ਰਿਹਾ ਅਤੇ ਕੱਲ੍ਹ ਨੂੰ ਐਡਾ ਵੱਡਾ ਉਹ ਗਾਇਕ ਬਣ ਗਿਆ, ਪਰ ਮੈਂ ਚਾਹੁੰਦੀ ਹਾਂ ਕਿ ਇਹ ਤੁਰਨ ਦੇਸ਼ਤਾ ਨਾਲ ਜਿਹੜੀ ਉਹਨਾਂ ਦਾ ਇੱਕ ਏਮ ਬਣੀ ਸੀ, ਉਹਨਾਂ ਨੂੰ ਵੀ ਇਸ ਮੰਜ਼ਿਲ ਦੇ ਵਿੱਚ ਅਗਾਂਹ ਵਧਣ ਲਈ ਬਹੁਤ ਹੀ ਪ੍ਰੇਰਣਾ ਇਹੋ ਜਿਹੇ ਵਿਦਿਆਰਥੀ ਹੀ ਦੇਣਗੇ। ਕਿਉਂਕਿ ਜੇ ਇਹੋ ਜਿਹੇ ਵਿਦਿਆਰਥੀ ਪ੍ਰੋਗਰਾਮ ਦੇ ਵਿੱਚ ਨਹੀਂ ਆਉਂਦੇ, ਪਾਰਟੀਸਪੇਟ ਨਹੀਂ ਕਰਦੇ, ਅਤੇ ਪ੍ਰੇਰਣਾ ਉਹਨਾਂ ਦੀ ਵੀ ਖਤਮ ਹੁੰਦੀ ਹੈ। ਅਸੀਂ ਅਰਦਾਸ ਕਰਾਂਗੇ ਕਿ ਇਹ ਵਿਦਿਆਰਥੀ ਅਤੇ ਉਧਰ ਬੰਸਲ ਜੀ ਦੋਨਾਂ ਦੀ ਰਹਿਨੁਮਾਈ ਅਤੇ ਇਹਨਾਂ ਦੀ ਪਾਰਟੀਸਪੇਸ਼ਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਆਪਣੀਆਂ ਬੁਲੰਦੀਆਂ ਵਿੱਚ। ਅਤੇ ਮੈਂ ਪਹਿਲਾਂ ਤਬਲਾ ਸਿੱਖ ਰਿਹਾ ਸੀ ਅਤੇ ਮੈਂ ਆਪਣੀ ਸਿਸਟਰ ਵੱਲ ਵੇਖ ਕੇ ਉਹ ਕੀਰਤਨ ਕਰਦੀ ਸੀ ਅਤੇ ਮੈਨੂੰ ਵੀ ਕੀਰਤਨ ਦਾ ਸ਼ੌਂਕ ਪੈਦਾ ਹੋਇਆ ਅਤੇ ਫਿਰ ਮੈਂ ਕੀਰਤਨ ਸਿੱਖਣਾ ਚਾਲੂ ਕੀਤਾ। ਉਸ ਤੋਂ ਪਹਿਲਾਂ ਮੈਂ ਆਪ ਹੀ ਕੁਝ ਸ਼ਬਦ ਤਿਆਰ ਕੀਤੇ ਜੋ ਕਿ ਦਰਬਾਰ ਸਾਹਿਬ ਰਾਗੀਆਂ ਦੇ ਹਨ ਅਤੇ ਉਹ ਮੈਂ ਹੁਣ ਗੁਰਦੁਆਰਾ ਸਾਹਿਬ ਵਿੱਚ ਵੀ ਕਰਦਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਇਹ ਕਾਟ ਚਲੋ ਹਰ ਲਾਹਾ, ਇਹ ਕਾਟ ਚਲੋ ਹਰ ਲਾਹਾ, ਆ ਗਏ ਬਸਣ ਸੁਹੇਲਾ, ਆ ਗਏ ਬਸਣ ਸੁਹੇਲਾ, ਕਰੋ ਬੇਨੰਤੀ ਸੁਣੋ ਮੇਰੇ। ਸਾਰਿਆਂ ਨੂੰ, ਮੇਰਾ ਫਰੈਂਡ ਜਸਵੀਰ, ਅਸੀਂ ਸਾਰੇ ਇਕੱਠੇ ਪੜ੍ਹਦੇ ਹਾਂ, ਸਾਨੂੰ ਇੱਕ ਸਾਲ ਹੋ ਗਿਆ ਇਕੱਠਿਆਂ ਨੂੰ ਰਹਿੰਦਿਆਂ ਨੂੰ, ਅਸੀਂ ਕਾਫੀ ਮਤਲਬ ਕਿ ਰਲ ਮਿਲ ਕੇ ਰਹਿੰਦੇ ਹਾਂ ਇਕੱਠੇ,
ਜਸਵੀਰ ਇੱਕ ਬਹੁਤ ਹੀ ਵਧੀਆ ਸਾਡਾ ਫਰੈਂਡ ਆ, ਹਰ ਵੇਲੇ ਅਸੀਂ ਇਕੱਠੇ ਰਹਿੰਦੇ ਹਾਂ, ਇਕੱਠੇ ਸਕੂਲ ਆਉਂਦੇ ਹਾਂ, ਇਕੱਠੇ ਪੜ੍ਹਦੇ ਹਾਂ, ਬਹੁਤ ਫਰੀ ਟਾਈਮ 'ਚ ਵੀ ਬਹੁਤ ਮਸਤੀ ਕਰਦੇ ਹਾਂ। ਇਸਨੂੰ ਸਿੰਗਿੰਗ ਦਾ ਕਾਫੀ ਸ਼ੌਂਕ ਹੈਗਾ, ਜਦੋਂ ਅਸੀਂ ਫਰੀ ਟਾਈਮ ਹੁੰਦੇ ਹਾਂ ਤਾਂ ਇਹ ਸਾਨੂੰ ਬਹੁਤ ਵਧੀਆ ਸੌਂਗ ਸੁਣਾਉਂਦਾ ਆ ਕਾਫੀ, ਨਾਲ ਕੀਰਤਨ ਦਾ ਸ਼ਬਦ ਗੁਰਬਾਣੀ ਦਾ ਵੀ ਬਹੁਤ ਸ਼ੌਂਕ ਰੱਖਦਾ ਆ। ਕਾਫੀ ਵਧੀਆ ਨੇਚਰ ਦਾ ਪਰਸਨ ਆ, ਬਹੁਤ ਹੀ ਚੰਗਾ ਅਤੇ ਨੇਕ ਪਰਸਨ ਆ। ਇਹ ਸਾਡਾ ਫਰੈਂਡ ਜਸਵੀਰ, ਜਿਹਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈਗਾ ਵਾ, ਵਧੀਆ ਗਾਣੇ ਸੁਣਾਉਂਦਾ ਵਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇਹ ਜਸਵੀਰ ਸਾਡਾ ਬਹੁਤ ਵਧੀਆ ਫਰੈਂਡ ਆ, ਇਸਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਆ, ਅਤੇ ਅਸੀਂ ਜਿਹੜਾ ਵਾ 2 ਸਾਲ ਤੋਂ ਇਕੱਠੇ ਪੜ੍ਹ ਰਹੇ ਹਾਂ ਪਲੱਸ ਟੂ ਨੌਨ ਮੈਡੀਕਲ ਕਲਾਸ ਦੇ ਵਿੱਚ। ਇਹ ਸਟੱਡੀ ਦੇ ਵਿੱਚ ਵੀ ਬਹੁਤ ਵਧੀਆ ਆ ਅਤੇ ਇਸਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਆ। ਜਦੋਂ ਅਸੀਂ ਫਰੀ ਟਾਈਮ 'ਤੇ ਇਕੱਠੇ ਵੀ ਹੁੰਦੇ ਹਾਂ ਅਤੇ ਸਾਨੂੰ ਵਧੀਆ ਵਧੀਆ ਸੌਂਗਸ ਵੀ ਸੁਣਾਉਂਦਾ ਹੈ, ਅਤੇ ਜਦੋਂ ਸਕੂਲ ਦੇ ਵਿੱਚ ਕੋਈ ਫੰਕਸ਼ਨ ਵੀ ਹੁੰਦਾ ਵਾ ਉੱਥੇ ਵੀ ਇਹ ਕੀਰਤਨ ਵਗੈਰਾ ਕਰਦਾ ਆ, ਅਤੇ ਬਹੁਤ ਵਧੀਆ ਕੀਰਤਨ ਕਰਦਾ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅਤੇ ਜਸਵੀਰ ਮੇਰਾ ਬਹੁਤ ਵਧੀਆ ਫਰੈਂਡ ਆ, ਅਤੇ ਇਹਦੇ ਨਾਲ ਆਪਾਂ ਮਸਤੀਆਂ ਕਰਦੇ ਹਾਂ। ਜਦੋਂ ਫਰੀ ਟਾਈਮ ਹੁੰਦਾ ਆ ਉਦੋਂ ਆਪਾਂ ਮਸਤੀਆਂ ਕਰਦੇ ਰਹਿੰਦੇ ਹਾਂ, ਅਤੇ ਜਦੋਂ ਇਹ ਫਰੀ ਟਾਈਮ 'ਤੇ ਕੀਰਤਨਾਂ ਨੂੰ ਸੁਣਾਉਂਦੇ ਆ, ਵਧੀਆ ਵਧੀਆ ਸੌਂਗ ਸੁਣਾਉਂਦੇ ਆ, ਅਤੇ ਇਹਨੂੰ ਮੈਂ KKHD 'ਚ ਮੈਂ ਹੀ ਲੈ ਕੇ ਗਿਆ ਸੀ, ਸੋ ਮੈਨੂੰ ਬਹੁਤ ਖੁਸ਼ੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਵਨਦੀਪ ਸਿੰਘ ਹੈ, ਅਤੇ ਮੈਂ ਆਪਣੇ ਯਾਰ ਦੋਸਤ ਜਸਵੀਰ ਦਾ ਬਹੁਤ ਚੰਗਾ ਦੋਸਤ ਹਾਂ, ਅਤੇ ਸਾਡੇ ਨਾਲ ਹੀ ਪੜ੍ਹਿਆ 2 ਸਾਲ ਹੋ ਚੱਲਿਆ ਨੂੰ ਇਕੱਠਿਆਂ ਨੂੰ ਪੜ੍ਹਦੇ ਹਾਂ ਇਹ, ਅਤੇ ਮਤਲਬ ਕਿ ਬਹੁਤ ਸ਼ੌਂਕ ਰੱਖਦਾ ਹੈ ਸਿੰਗਿੰਗ ਦਾ ਵੀ ਅਤੇ ਗੁਰਬਾਣੀ ਕੀਰਤਨ ਦਾ ਵੀ, ਅਤੇ ਸਾਨੂੰ ਵਿਹਲੇ ਟਾਈਮ ਕਦੇ ਰਿਸੈਸ ਹੋਈ ਹੋਵੇ ਜਾਂ ਨਾ ਮਸਤੀ ਵੀ ਕਰਦਾ ਅਤੇ ਸਾਨੂੰ ਇੱਦਾਂ ਨਵੇਂ ਨਵੇਂ ਗੀਤ ਸੁਣਾਉਂਦਾ ਵਾ, ਅਤੇ ਆਪਣਾ ਵੀਰ ਇਹਨੂੰ ਲੈ ਕੇ ਗਿਆ ਐਡੀਸ਼ਨ 'ਤੇ, ਅਤੇ ਬਹੁਤ ਵਧੀਆ ਸਪੋਰਟ ਕਰਦੇ ਹੀ ਆ ਵੀਰ। ਜਸਵੀਰ ਸਾਡਾ ਬਹੁਤ ਵਧੀਆ ਫਰੈਂਡ ਆ, ਕਾਫੀ ਚਿਰ ਤੋਂ ਅਸੀਂ ਕਲੋਜ਼ ਫਰੈਂਡ ਆ, ਅਤੇ ਇਹਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ, ਗੁਰਬਾਣੀ ਦਾ ਬਹੁਤ ਸ਼ੌਂਕ ਹੈ, ਅਤੇ ਆਹ ਵੀਰ ਗੁਰਪ੍ਰੀਤ ਇਸਨੂੰ ਲੈ ਕੇ ਗਿਆ ਸੀ ਆਡੀਸ਼ਨ ਵਿੱਚ, ਅਤੇ ਉਹਨੂੰ ਬਹੁਤ ਖੁਸ਼ੀ ਆਪਣੇ ਘਰ ਵਾਲਿਆਂ ਦਾ ਅਤੇ ਸਾਡਾ ਨਾਮ ਰੌਸ਼ਨ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਸਵੀਰ ਸਾਡਾ ਬਹੁਤ ਵਧੀਆ ਫਰੈਂਡ ਆ, ਅਤੇ ਇਹ ਅਸੀਂ ਇਕੱਠੇ ਹਾਂ 2 ਸਾਲ ਤੋਂ, ਅਤੇ ਇਹ ਸਾਨੂੰ ਫਰੀ ਟਾਈਮ ਦੇ ਵਿੱਚ ਬਹੁਤ ਵਧੀਆ ਵਧੀਆ ਗਾਣੇ ਸੁਣਾਉਂਦਾ ਵਾ, ਵਧੀਆ ਵਧੀਆ ਸ਼ਬਦ ਸੁਣਾਉਂਦਾ ਵਾ, ਅਤੇ ਇਹਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ, ਅਤੇ ਇਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਵਾ। ਸਾਡੀ ਰੱਬ ਅੱਗੇ ਇਹੀ ਅਰਦਾਸ ਆ ਕਿ ਮੇਰਾ ਵੀਰ ਜਸਵੀਰ ਸਿੰਘ ਸਿੰਗਿੰਗ 'ਚ ਜਿੱਤ ਕੇ ਆਵੇ, ਅਤੇ KKHD 'ਚ ਫਾਈਨਲ ਜਿੱਤ ਕੇ ਆਵੇ, ਅਤੇ ਆਪਣੇ ਘਰ ਦਾ ਅਤੇ ਸਕੂਲ ਦਾ ਨਾਮ ਰੋਸ਼ਨ ਕਰੇ। ਕਿਸਮੇ ਕਿਤਨਾ ਹੈ ਦਮ, ਕਿਸਮੇ ਕਿਤਨਾ ਹੈ ਦਮ, ਕਿਸਮੇ ਕਿਤਨਾ ਹੈ ਦਮ, ਜਸਵੀਰ ਮੇਰਾ ਦਮ। ਮੈਨੂੰ ਕੀਰਤਨ ਦੇ ਨਾਲ ਨਾਲ ਖੇਡਾਂ ਦਾ ਵੀ ਸ਼ੌਂਕ ਹੈ, ਅਤੇ ਮੈਨੂੰ ਘਰ ਦੇ ਕੰਮ ਕਰਨੇ ਵੀ ਪਸੰਦ ਹਨ, ਜਿਵੇਂ ਕਿ ਘਰ ਵਿੱਚ ਮੰਮੀ ਦੇ ਨਾਲ ਕੰਮ ਕਰਾਉਣਾ, ਡੈਡੀ ਨਾਲ ਦੁਕਾਨ 'ਤੇ ਕੰਮ ਕਰਾਉਣਾ, ਅਤੇ ਹੋਰ ਵੀ ਘਰ ਦਾ ਸਮਾਨ ਲਿਆਉਣਾ, ਇੱਦਾਂ ਦੇ ਕੰਮ। ਕੀਰਤਨ ਕਰਨਾ ਮੈਨੂੰ ਬਚਪਨ ਤੋਂ ਹੀ ਚੰਗਾ ਲੱਗਦਾ, ਅਤੇ ਕੀਰਤਨ ਵਿੱਚ ਮੇਰੇ ਮਾਤਾ ਪਿਤਾ ਦਾ ਬਹੁਤ ਸਹਿਯੋਗ ਹੈ, ਇਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ, ਅਤੇ ਜਿਸ ਕਰਕੇ ਮੈਂ ਇਹ ਸ਼ੋਅ ਵਿੱਚ ਆਇਆ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਧਨਪਾਲ ਸਿੰਘ ਹੈ, ਔਰ ਮੈਂ ਜਸਵੀਰ ਸਿੰਘ ਦਾ ਡੈਡੀ ਹਾਂ, ਔਰ ਮੇਰਾ ਪਿੰਡ ਉਦਨਵਾਲ ਬਟਾਲਾ ਦੇ ਲਾਗੇ ਔਰ ਡਿਸਟ੍ਰਿਕਟ ਗੁਰਦਾਸਪੁਰ ਹੈ, ਅਤੇ ਮੇਰਾ ਬੇਟਾ ਜਿਹੜਾ ਉਹ ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ ਦੀ ਪਰਫੋਰਮ ਕਰ ਰਿਹਾ, ਔਰ ਮੇਰੇ ਖਿਆਲ 'ਚ ਬਹੁਤ ਅੱਛੀ ਪਰਫੋਰਮ ਕਰ ਰਿਹਾ, ਅਤੇ ਇਸ ਨੂੰ ਸ਼ਬਦ ਕੀਰਤਨ ਦਾ ਗਾਉਣ ਦਾ ਬਹੁਤ ਸ਼ੌਂਕ ਹੈ। ਸਭ ਤੋਂ ਪਹਿਲਾਂ ਇਹਨੇ ਸਕੂਲ ਵਿੱਚ ਤਪਲਾ ਸਿੱਖਣਾ ਸਟਾਰਟ ਕੀਤਾ ਸੀ, ਉਸ ਤੋਂ ਬਾਅਦ ਤਪਲੇ ਦੇ ਨਾਲ ਨਾਲ ਨਾ ਇਸਨੂੰ ਇਸ ਦੀ ਸਿਸਟਰ ਜਿਹੜੀ ਉਹ ਸ਼ਬਦ ਗਾਉਣ ਦਾ ਉਹਨੇ ਸ਼ੁਰੂ ਕੀਤਾ ਸੀ, ਅਤੇ ਇਹਨੂੰ ਉਹਦੇ ਵੱਲ ਵੇਖ ਕੇ ਸ਼ਬਦ ਗਾਇਨ ਕਰਨ ਦਾ ਖੁਦ ਬਖੁਦ ਹੀ ਸ਼ੌਂਕ ਪੈਦਾ ਹੋ ਗਿਆ, ਅਤੇ ਇਹਨੇ ਘਰ ਆਪਣੇ ਆਪ ਹੀ ਸ਼ਬਦ ਤਿਆਰ ਕੀਤੇ, ਅਤੇ ਮੈਂ ਇਹਦਾ ਸ਼ਬਦ ਤਿਆਰ ਵੇਖ ਕੇ ਅਤੇ ਇਹਦਾ ਹੌਸਲਾ ਵਧਾਇਆ, ਅਤੇ ਇਹਨੂੰ ਮੈਂ ਕਿਹਾ ਵੀ ਤੂੰ ਆਵਾਜ਼ ਤੇਰੀ ਅੱਛੀ ਆ, ਅਤੇ ਤੂੰ ਜਿਹੜਾ ਵਾ ਇਹ ਸ਼ਬਦ ਵਿੱਚ ਵੀ ਗਾਉਣ ਵਿੱਚ ਵੀ ਥੋੜ੍ਹਾ ਧਿਆਨ ਦੇ, ਅਤੇ ਇਸ ਨੇ ਜਦੋਂ ਸ਼ਬਦ ਤਿਆਰ ਕਰ ਲਏ ਅਤੇ ਮੈਂ ਇਸ ਨੂੰ ਘੁਮਾਣ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਉਸ ਵਿੱਚ ਸੰਗੀਤ ਅਕੈਡਮੀ ਆ ਸੁਰਤਾਲ ਅਕੈਡਮੀ, ਅਤੇ ਮੈਂ ਫਿਰ ਉਸਨੂੰ ਉਹਦੇ ਵਿੱਚ ਐਡਮਿਸ਼ਨ ਦਵਾਈ, ਅਤੇ ਹੁਣ ਇਹਨੂੰ 6 ਮਹੀਨੇ ਹੋ ਗਏ ਆ ਸ਼ਬਦ ਕੀਰਤਨ ਦੀ ਉੱਥੋਂ ਸਿੱਖਿਆ ਲੈ ਰਿਹਾ,
उस दे नाल नाल घर भी काफ़ी रियाज करता वा। तो मैं इस दे गाउण तो और शब्द कीर्तन की परफॉर्म तो बहुत खुश हाँ और मैं परमात्मा अगे अरदास करदा कि ये इस तरह ही लगन नाल मेहनत करता रहे ते ये शो जिहड़ा है किसमें कितना है दम इहनू जित के घर आवे ते अपने दादा दादी दा ते साडा परिवार दा नाम रोशन करे और इस दे नाल इहनू छोटी उम्र में खेडां भी करता रहा खेडां विचों भी काफ़ी ट्रॉफीज लैके आया और इस दे नाल पढ़ाई च भी अच्छा है और हुण ये नॉन मैडिकल की पढ़ाई प्लस टू की कर रहा। तो मैं बहुत धन्यवादी हाँ वरुण बंसल जी का भी जिन्होंने पंजाब ही नहीं लागले सूबिया होर स्टेटा भी जाके छोटे छोटे बच्चों दिया शहर शहर जाके पिंड पिंड जाके छोटे बच्चे जिन्हों को टैलेंट हैगा सीगा दूरों नेड़ों सब तो टैलेंट वाले बच्चे इस प्रोग्राम लैके आए हैं और जिन्हों लोगों ये उम्मीद भी नहीं सी कि असी कभी स्टेज पर पहुँचा कैमरे सामने जावे तो वरुण बंसल जी ने यह बड़ा वड्डा उपराला किया और असी वरुण बंसल जी का बहुत बहुत धन्यवाद करते हैं जिन्होंने एडा वड्डा साडे बच्चों को प्लेटफॉर्म दिता। सत श्री अकाल जी, मेरा नाम है हरचिंदर कौर है, मेरा बेटा जसबीर सिंह है, इन्हों पढ़ाई में बहुत लैक है तो इन्हों शुरू तो ही शौक शब्द कीर्तन बोलने का है। ये चौदह छेवीं सती क्लास तो मैं कीर्तन शुरू किया तबला बजाना तो नाल ही यदि सिस्टर है, सिस्टर ने भी नाल भी शुरू किया कीर्तन करना, दोवें भैन भरा करते सी ते हुण स्कूल दे अकैडमी तो हुण सीखते ने दोवें बच्चे हुण सिस्टर जिहड़ी आ तबला बजाउंदी आ ते बेटा जिहड़ा वो कीर्तन करदा। बेटे नूं पहला तबले का शौक सी ते बेटी नूं हैगा सी, बेटी भी पहले कीर्तन करती सी ते मुड़ के बाद च इन्हां नूं वेख के बेटी वल बेटे नूं शौक आया कीर्तन करन दा, फिर बेटी अपने कीर्तन तबला डैपे बजाउण ते बेटा डैपे कीर्तन करन, ये दोवां दी लाइफ इक्को जिही होगी दोवां दी। ते अपने स्कूल गया इन्हां नूं पता लगा दोस्त को भी एडिशन होने वाली आ बच्चे नूं ते मैनूं आण के कहिंदा मम्मा एडिशन होनी आ मैं जाना आ, तो मैं इनू कह रही हाँ एडिशन होनी है मैनू भी ले चाहता नहीं मैं दोस्तों ने जाना आ, तो कह भी कला चल गया, कला चल गया तो इस तरह ही उसते फॉर्म भर के दे ना घरों पैसे खड़े ना कुछ तो उस तरह ही चल गया, मुड़ के दोस्तों ने नाल गया तो अपने एडिशन देखे आ मुड़ के दोस्त को पैसे लेके तो उत्ते अपने इन्हें एडिशन दिती, जेडे दोस्त ने नाल खड़िया सी उन्हें तो एडिशन दिती नहीं, वह कह लगा भी मेरे को तो पैसे है नहीं आते हूँ मेरे को नहीं दिखा नहीं फोन दे लिया, तो वो कारण ये अगे वध्या किसमें कितने दम शो किए हम उम्मीद है भी अपने जित के आवे अपने माँ प्यो का नाम रोशन करे। कीर्तन के नाल नाल मैं सिंगिंग का शौक है तो इस करके मैं गिटार भी लिया के रखा है घर, हूँ मैं तुम्हें थोड़ा जा एक गाना सुना के दसागा। दहलीज पे मेरे दिल की जो रखे है तूने कदम, तेरे नाम पे मेरी जिंदगी लिख दी मेरे हमदम, ना सीखा मैंने जीना जीना कैसे जीना, ना सीखा मैं भी जीना मेरे हमदम। सत श्री अकाल, मेरा नाम सूरत सिंह है ते मेरा पोतरा जसवीर सिंह है, मैनूं शब्द कीर्तन का बड़ा शौक है, परमात्मा अगे अरदास करता हाँ कि मेरा पोतरा शो जित के आवे ते परिवार का रोशन नाम रोशन करे।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਰੁਪਿੰਦਰ ਕੌਰ ਹੈ, ਮੇਰਾ ਪੋਤਾ ਜਸਵੀਰ ਸਿੰਘ ਹੈ, ਇਹਨੂੰ ਸ਼ਬਦ ਕੀਰਤਨ ਕਰਨ ਦਾ ਬਹੁਤ ਸ਼ੌਕ ਹੈ। ਮੈਂ ਮਹਾਰਾਜ ਗਾੜੀ ਪ੍ਰਾਰਥਨਾ ਕਰਦੀ ਹਾਂ ਵੀ ਮਹਾਰਾਜ ਇਹਨਾਂ ਨੂੰ ਆਪਣੀ ਲੜਾਈ ਰੱਖੇ, ਵੱਧ ਤੋਂ ਵੱਧ ਇਹਨਾਂ ਨੂੰ ਚੰਗੇ ਪਾਸੇ ਲਾਵੇ, ਅਤੇ ਬਹੁਤ ਬਹੁਤ ਮਹਾਰਾਜ ਦਾ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ। ਪਰਮਾਤਮਾ ਗਾੜੀ ਅਰਦਾਸ ਕਰਦੀ ਹਾਂ ਵੀ ਇਹ ਸ਼ੋਅ ਜਿੱਤ ਕੇ ਆਵੇ ਅਤੇ ਮਾਂ ਬਾਪ ਦਾ ਨਾਮ ਰੋਸ਼ਨ ਕਰੇ। ਇਹ ਸ਼ੋਅ ਵਿੱਚ ਮੈਂ ਕਿੱਦਾਂ ਆ ਵੀ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਵੀ ਇੱਕ ਸ਼ੋਅ ਹੈ ਜੋ ਕਿ ਟੀ ਵੀ ਕੰਪਟੀਸ਼ਨ ਹੈ, ਅਤੇ ਇੱਦਾਂ ਹੀ ਅਸੀਂ 4-5 ਜਾਣੇ ਜਾ ਕੇ ਆਡੀਸ਼ਨ ਦੇਣ ਚਲੇ ਗਏ। ਪਹਿਲਾਂ ਮੈਂ ਆਡੀਸ਼ਨ ਗਾਣੇ ਵਿੱਚ ਦਿੱਤੀ ਸੀ ਅਤੇ ਮੈਂ ਸਿਲੈਕਟ ਹੋ ਗਿਆ। ਜੱਜ ਸਾਹਿਬਾਂ ਨੇ ਕਿਹਾ ਵੀ ਠੀਕ ਪਰਫੋਰਮੈਂਸ ਹੋਈ, ਬਹੁਤ ਵਧੀਆ ਸੀ, ਅਤੇ ਅਗਲੇ ਰਾਊਂਡ ਵਿੱਚ ਵੀ ਮੈਂ ਗਾਣੇ ਵਿੱਚ ਹੀ ਕੀਤੀ ਪਰਫੋਰਮੈਂਸ। ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਵੀ ਤੂੰ ਗਾਣੇ ਤੋਂ ਜ਼ਿਆਦਾ ਵਧੀਆ ਸ਼ਬਦ ਕੀਰਤਨ ਕਰ ਲੈਂਦਾ ਹੈ ਅਤੇ ਤੂੰ ਸ਼ਬਦ ਕੀਰਤਨ ਵਿੱਚ ਆਡੀਸ਼ਨ ਦੇ। ਉਸ ਤੋਂ ਅੱਗੇ ਮੈਂ ਫਿਰ ਸ਼ਬਦ ਕੀਰਤਨ ਵਿੱਚ ਹੀ ਕੀਤਾ। ਸ਼ਬਦ ਕੀਰਤਨ ਮੈਨੂੰ ਕਰਨ ਨਾਲ ਵਧੀਆ ਚੰਗਾ ਮਹਿਸੂਸ ਹੋਇਆ ਅਤੇ ਮੈਂ ਪੂਰੀ ਮਿਹਨਤ ਕਰ ਰਿਹਾ ਰਾਊਂਡ ਅਗਲੇ ਵਾਸਤੇ। ਮਾਤਾ ਪਿਤਾ ਦੇ ਕਹਿਣ 'ਤੇ ਮੈਂ ਸ਼ਬਦ ਕੀਰਤਨ ਵਿੱਚ ਗਿਆ ਅਤੇ ਉਸ ਦੇ ਨਾਲ ਮੇਰੇ ਹੈਲਪ ਕਰਨ ਵਾਸਤੇ ਮੇਰੀ ਸਿਸਟਰ ਕਮਲਜੀਤ ਕੌਰ, ਜਿਸ ਨੇ ਕਿ ਮੇਰੇ ਨਾਲ ਤਬਲਾ ਪਲੇਅ ਕੀਤਾ ਅਤੇ ਮੇਰੇ ਬਹੁਤ ਹੈਲਪ ਕੀਤੀ ਨਾਲ, ਅਤੇ ਅਸੀਂ ਦੋਵੇਂ ਇਕੱਠੇ ਵੀ ਪ੍ਰੈਕਟਿਸ ਕਰਦੇ ਹਾਂ। ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਤਾਂ ਕਿ ਅਸੀਂ ਸ਼ੋਅ ਨੂੰ ਜਿੱਤ ਕੇ ਆਪਣੇ ਪਿੰਡ ਦਾ, ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਦਾ, ਦਾਦੀ ਪਿਤਾ ਦਾ ਨਾਂ ਰੋਸ਼ਨ ਕਰਕੇ ਹੋਰ ਅੱਗੇ ਵਧੀਏ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਕਮਲਜੀਤ ਕੌਰ ਆ, ਮੇਰਾ ਬ੍ਰਦਰ ਜਸਬੀਰ ਸਿੰਘ ਇਹ KKHD ਦੇ ਵਿੱਚ ਕੀਰਤਨ ਵਿੱਚ ਪਰਫੋਰਮ ਕਰ ਰਿਹਾ ਹੈ, ਇਹਦੇ ਨਾਲ ਮੈਂ ਵੀ ਤਬਲੇ ਦਾ ਪਰਫੋਰਮ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਇਹ ਜਿੱਤੇਗਾ ਜ਼ਰੂਰ, ਹੁਣ ਇਹ ਗ੍ਰੈਂਡ ਫਿਨਾਲੇ ਤੱਕ ਪਹੁੰਚ ਚੁੱਕਿਆ ਆ। ਮੈਨੂੰ ਉਮੀਦ ਹੈ ਕਿ ਇਹ ਫਾਈਨਲ ਵੀ ਜਿੱਤੇਗਾ ਅਤੇ ਸਾਡੇ ਪਰਿਵਾਰ ਦਾ ਅਤੇ ਮੰਮਾ ਪਾਪਾ ਦਾ ਨਾਂ ਰੋਸ਼ਨ ਕਰੇਗਾ। ਜਸਬੀਰ ਸਿੰਘ ਨੇ ਜਦੋਂ ਸਭ ਫਸਟ ਟਾਈਮ ਆਡੀਸ਼ਨ ਦਿੱਤਾ ਅਤੇ ਮੈਂ ਦੁਕਾਨ ਤੋਂ ਘਰ ਆਇਆ ਅਤੇ ਇਹਦੀ ਮੰਮਾ ਕਹਿੰਦੀ ਵੀ ਜਸਬੀਰ ਸਕੂਲੋਂ ਆਇਆ ਸੀ ਅਤੇ ਇੱਕਦਮ ਹੀ ਮੈਨੂੰ ਦੱਸ ਕੇ ਦੋਸਤ ਨਾਲ ਚਲਾ ਗਿਆ ਬਟਾਲੇ ਅਤੇ ਕਹਿ ਰਿਹਾ ਸੀਗਾ ਕੋਈ TV ਪ੍ਰੋਗਰਾਮ ਹੈਗਾ ਅਤੇ ਉਹਦੇ ਵਿੱਚ ਮੈਂ ਆਡੀਸ਼ਨ ਦੇਣ ਚੱਲਿਆ ਅਤੇ ਮੈਂ ਇਹਨੂੰ ਕਿਹਾ ਕਿ ਮੁੰਡੇ ਨੂੰ ਮੋਟਰਸਾਈਕਲ 'ਤੇ ਨਹੀਂ ਭੇਜਣਾ। ਕਹਿੰਦੀ ਨਹੀਂ, ਉਹ ਕਹਿੰਦਾ ਦੋਸਤ ਮੇਰੇ ਨਾਲ ਹੈਗਾ ਅਤੇ ਅਸੀਂ ਜਲਦੀ ਆ ਜਾਣਾ। ਅਤੇ ਜਦੋਂ ਸ਼ਾਮ ਨੂੰ ਵਾਪਸ ਆਏ ਨੇ ਅਤੇ ਮੈਂ ਪੁੱਛਿਆ ਅਤੇ ਇਹਨੇ ਫਿਰ ਮੈਨੂੰ ਕਾਰਡ ਦਿਖਾਇਆ KKHD ਦਾ ਅਤੇ ਮੈਂ ਉਹ ਕਾਰਡ ਪੜ੍ਹਿਆ, ਸਾਰਾ ਪ੍ਰੋਫਾਈਲ ਨਾਲ ਲੈ ਕੇ ਆਇਆ ਸੀ ਉਹ ਪੜ੍ਹਿਆ ਅਤੇ ਮੈਂ ਖੁਸ਼ ਹੋਇਆ। ਮੈਂ ਕਿਹਾ ਚਲੋ ਬੱਚੇ ਨੂੰ ਸ਼ੌਂਕ ਹੈ ਅਤੇ ਕਿਸੇ TV ਪ੍ਰੋਗਰਾਮ ਵਿੱਚ ਇਹਨਾਂ ਨੇ ਚਲੋ ਕਿਸੇ ਆਨੇ ਬਹਾਨੇ, ਉਹ ਕਹਿੰਦਾ ਜੀ ਪਾਪਾ ਮੈਨੂੰ ਪਤਾ ਹੀ ਹੋਣੇ ਲੱਗਾ ਅਤੇ ਅਸੀਂ ਮੰਮਾ ਨੂੰ ਕਹਿੰਦਾ ਵੀ ਮੇਰੇ ਕੋਲ ਟਾਈਮ ਥੋੜ੍ਹਾ ਵਾ, ਮੈਂ ਰੁਕਣਾ ਨਹੀਂ, ਰੋਟੀ ਨਹੀਂ ਖਾਣੀ ਅਤੇ ਉੱਥੇ ਟਾਈਮ ਲੰਘ ਜਾਣਾ ਅਤੇ ਸਕੂਲ 'ਚੋਂ ਪਤਾ ਲੱਗਾ ਅਤੇ ਉਸੇ ਵੇਲੇ ਦੌੜ ਗਿਆ। ਅਤੇ ਨਹੀਂ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਰਗੇ ਪਿੰਡਾਂ ਵਿੱਚ ਨਾ ਐਡਵਰਟਾਈਜ਼ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਸਾਨੂੰ ਮਾਂ ਪਿਓ ਨੂੰ, ਬੱਚਿਆਂ ਨੂੰ ਸਕੂਲਾਂ 'ਚ ਵੀ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਕਿ ਸਾਨੂੰ ਪਤਾ ਲੱਗੇ। ਕੋਈ ਵੀ ਬੱਚਾ ਜਿਹੜਾ ਟੈਲੈਂਟ ਵਾਲਾ ਵਾ ਕਈ ਵਾਰੀ ਪਤਾ ਨਾ ਲੱਗਣ ਦੇ ਕਾਰਨ ਉਹ ਰਹਿ ਜਾਂਦਾ। ਅਤੇ ਚਲੋ ਇਸ ਤਰ੍ਹਾਂ ਚਲਾ ਗਿਆ ਅਤੇ ਦੂਸਰਾ ਆਡੀਸ਼ਨ ਜਿਹੜਾ ਵਾ ਉਹ ਫਿਰ ਮੈਂ ਆਪ ਨਾਲ ਜਾ ਕੇ ਦਵਾਇਆ ਅਤੇ ਜਦੋਂ ਇਹਨੇ ਦੋ ਆਡੀਸ਼ਨ ਗਾਣਿਆਂ ਦੇ ਦਿੱਤੇ ਅਤੇ ਉਹ ਜੱਜ ਸਾਹਿਬ ਨੇ ਪੁੱਛਿਆ ਕਿ ਤੈਨੂੰ ਕਿੰਨਾ ਚਿਰ ਹੋਇਆ ਸਿੱਖਦੇ ਨੂੰ, ਇਹ ਕਹਿੰਦਾ ਮੈਨੂੰ ਗਾਣਾ ਸਿੱਖਦੇ ਨੂੰ ਥੋੜ੍ਹਾ ਚਿਰ ਹੀ ਹੋਇਆ। ਅਤੇ ਮੈਨੂੰ ਪਤਾ ਸੀਗਾ ਕਿ ਇਹ ਸ਼ਬਦ ਕੀਰਤਨ ਥੋੜ੍ਹਾ ਲੰਬੇ ਸਮੇਂ ਤੋਂ ਕਰਦਾ ਔਰ ਵਧੀਆ ਕਰਦਾ ਤਬਲਾ ਵਜਾਉਣ ਦੇ ਨਾਲ ਨਾਲ ਵੀ। ਅਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਜੱਜ ਸਾਹਿਬ ਨਾਲ ਗੱਲ ਕੀਤੀ ਕਿ ਕੀ ਇਹ ਹੁਣ ਗਾਣੇ ਤੋਂ ਬਾਅਦ ਅਗਰ ਇਹਨੂੰ ਮੌਕਾ ਦਿੰਦੇ ਹੋ ਅਤੇ ਸ਼ਬਦ ਕੀਰਤਨ ਪਰਫੋਰਮ ਕਰ ਸਕਦਾ। ਅਤੇ ਜੱਜ ਸਾਹਿਬ ਨੇ ਕਿਹਾ ਵੀ ਹਾਂ, ਕੋਈ ਵੀ ਟੈਲੈਂਟ ਇਹ 'ਚ ਹੈਗਾ ਉਹ ਦਿਖਾ ਸਕਦਾ। ਅਤੇ ਇਸ ਲਈ ਮੈਂ ਅਤੇ ਜੱਜ ਸਾਹਿਬ ਦਾ ਵੀ ਅਤੇ ਵਰਨ ਬਾਂਸਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਇੱਕ ਬੱਚੇ ਨੂੰ ਹਰ ਟੈਲੈਂਟ ਦਿਖਾਉਣ ਦਾ ਮੌਕਾ ਦਿੰਦੇ ਨੇ ਔਰ ਬਹੁਤ ਵਧੀਆ ਗੱਲ ਹੈ। ਅਤੇ ਫਿਰ ਇਹਨੇ ਸ਼ਬਦ ਕੀਰਤਨ ਵਿੱਚ ਪਰਫੋਰਮ ਕੀਤਾ ਦੁਬਾਰਾ ਅਗਲੇ ਆਡੀਸ਼ਨ ਵਿੱਚ ਅਤੇ ਉਹ ਆਡੀਸ਼ਨ ਪਾਸ ਕੀਤੇ ਨੇ। 3-4-5 ਆਡੀਸ਼ਨ ਪਾਸ ਕਰਕੇ ਅੱਗੇ ਹੁਣ ਫਾਈਨਲ ਤੱਕ ਪਹੁੰਚਿਆ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਆ ਕਿ ਇਹ ਚਲੋ ਅਸੀਂ ਸੋਚਿਆ ਸੀ ਚਲੋ ਇੱਕ ਸਟੇਜ 'ਤੇ ਚੱਲ ਜਾਏ ਬੱਚਾ, ਇੱਕ ਉਸਨੂੰ ਹੋਰ ਹੌਸਲਾ ਅਫਜਾਈ ਮਿਲਦੀ ਆ ਕਿ ਅੱਗੇ ਵਧਣ ਵਾਸਤੇ। ਅਤੇ ਇਸ ਦੇ ਨਾਲ ਜਦੋਂ ਇਹਨੇ ਆਡੀਸ਼ਨ ਕਾਫੀ ਮਤਲਬ ਫਾਈਨਲ, ਕੁਆਟਰ ਫਾਈਨਲ, ਸੈਮੀ ਫਾਈਨਲ ਮਤਲਬ ਪਾਸ ਕਰ ਲਏ ਅਤੇ ਸਾਨੂੰ ਬਹੁਤ ਖੁਸ਼ੀ ਹੋਈ। ਅਤੇ ਹੁਣ ਫਾਈਨਲ ਜਦੋਂ ਵਿੱਚ ਪਹੁੰਚਿਆ ਹੈ ਤਾਂ ਸਾਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਅਤੇ ਸਾਨੂੰ ਉਮੀਦ ਨਹੀਂ ਸੀ ਕਿ ਇਹ ਇੰਨੀ ਜਲਦੀ ਸਿੱਖਦਾ ਮਤਲਬ ਫਾਈਨਲ ਵਿੱਚ ਪਹੁੰਚ ਜਾਏਗਾ। ਅਤੇ ਚਲੋ ਹੁਣ ਜਦੋਂ ਦਾ ਇਹਨੇ KKHD 'ਚ ਭਾਗ ਲਿਆ ਅਤੇ ਕਾਫੀ ਜ਼ਿਆਦਾ ਮਿਹਨਤ ਕਰਦਾ ਉਹ, ਰਿਆਜ਼ ਬਹੁਤ ਜ਼ਿਆਦਾ ਕਰਦਾ ਅਤੇ ਅਸੀਂ ਇਹਨੂੰ ਫੁੱਲ ਸਪੋਰਟ ਕਰਦੇ ਹਾਂ। ਅਸੀਂ ਇਹਦਾ ਰੁਚੀ ਵੇਖ ਕੇ ਅਤੇ ਆਪਾਂ, ਮੈਂ ਅਤੇ ਮੇਰੇ ਮਿਸਿਜ, ਇਹਦੇ ਮੰਮੀ ਡੈਡੀ, ਅਸੀਂ ਦੋਵੇਂ ਇਹਦੀ ਹਰ ਹੈਲਪ ਕਰਦੇ ਹਾਂ ਕਿ ਬੇਟਾ
मेहनत पूरी करो और कुछ बन के दिखाओ। और अगर परमात्मा की बहुत कृपा है कि बच्चा जरा पूरी लगन नाल मेहनत कर रहा और आस है कि यह जरा कंपीटिशन है फाइनल भी जित गया होगा KKHD शब्द कीर्तन फॉर्म जी वो जित गया है। तो इस दे नाल ही मैं वरन बांसल जी का डायरेक्टर प्रोड्यूसर साहब जो वरन बांसल जी ने उन्होंने बहुत बहुत धन्यवाद करता कि जिन्होंने इन बच्चों एक मौका दिता अपना टैलेंट दिखाने का और इस तरह ही जो टैलेंटड बच्चे ने और पिंडा शहरों चो दूरों दूरों लैके स्टेज पर आए हैं इन्ना वाला प्लेटफॉर्म दिता उन्होंने और बहुत खुशी वाली गल है। और मैं फिर तो वरन बांसल जी का बहुत बहुत धन्यवाद करता। सत श्री अकाल जी, मेरा नाम गुरप्रीत सिंह है और जसबीर सिंह मेरा ब्रदर है। ये बहुत ही वधिया कीर्तन करता है, इन्हू बहुत शौक से असी बचपन तो ही दोवें इकट्ठे खेडते आए तो इको क्लास पढ़ते आए हैं तो हुण भी इको क्लास ही है। असी निक्के हुंदे बहुत मस्ती की तो अजकल भी बहुत मस्ती करते हैं तो स्कूल जो स्टडी टाइम स्टडी करते और इंजॉय पूरा करते हैं। सानू पूरी आस है कि इस कॉम्पीटिशन तो जित के आएगा और अपने माता पिता और परिवार का नाम रोशन करेगा। निक्के हुंदे कॉम्पीटिशन होंदे सी स्कूल च, उत्थे भी परफॉर्म किया है और जितते भी रहे हैं तो इस बहुत ही शौक सी ते एक कई कॉम्पीटिशन ते ही हिस्सा लैंदा है अते जित के भी आउंदा है। नगर कीर्तन और गुरुद्वारे च साहिब भी जांदा है ते उत्थे कीर्तन करदा है। सत श्री अकाल जी, मेरा नाम मनदीप सिंह है, मैं पिंड उधनवाल दा रहण वाला हाँ। जसबीर सिंह जी मेरे ताया जी दे बेटे हैं, ये बचपन तो ही इन्हां नूं शब्द कीर्तन का बहुत शौक है ते इन्हां ने स्कूल विच कई बार भी भाग लिया है ते बहुत बारी जित के भी आए हैं। ये रोज़ शामा नूं गुरद्वारा साहब जाके कीर्तन करते हैं। इन्हां ने किस्में कितना है दम शो विच भाग लिया, इन्हां ने उस विच शब्द कीर्तन बोले हैं ते असीं रब अगे अरदास करते हैं कि ये फाइनल विच शो जित के आउंगे। सत श्री अकाल जी, मेरा नाम इंद्रजीत कौर है तो मैं जसबीर सिंह दे चाचा जी की बेटी हाँ। इन्हां नूं शुरू तो ही कीर्तन विच ते तबला सीखण विच बहुत शौक सी ते ये हुण किस्में कितना है दम शो विच परफॉर्मेंस करदे रहे कर रहे ने ते मैनूं यह उम्मीद है कि ये फाइनल विच भी जित के आउणगे ते मैं परमात्मा अगे यही अरदास करदी है अपनी लाइफ च अगे जाके सक्सैसफुल होण। सत श्री अकाल जी, मेरा नाम शरणप्रीत कौर है, जसबीर सिंह मेरे चाचा जी का बेटा है। ये शुरू तो ही साढ़े नाल छोटे हुंदे खेडदा आया है, ये बहुत शैतान हुंदा सी ते ये हुण स्कूल विच और स्कूल प्लस टू कर रहा है नॉन मैडिकल च। ये स्टडी विच भी लाइक है KKHD शब्द कीर्तन च परफॉर्म करदा आ रहा है ते हुण तक बहुत लैवल जिहड़े कि वधिया तरीके नाल कीते आ ते सानू सारे सिस्टर नूं उम्मीद आ कि वह फाइनल भी जित के आवेगा। ये परमात्मा अगे ही अरदास करदे आ जसबीर सिंह फाइनल जित के पूरे परिवार का नाम रोशन। इस शो तो पहला आन तो मैनू बस मेरे फ्रेंड मेरे परिवार वाले तो मेरे अपने रिश्तेदार ही जानते हैं। इस शो के विच आन तो बाद मैनू अपने ही नहीं सगो वह भी जानते हैं जिन्हां नू मैं नहीं जानता। ਧੰਨਵਾਦ ਕਰਦਾ ਹਾਂ ਪ੍ਰੋਡਿਊਸਰ ਅਤੇ ਡਾਇਰੈਕਟਰ ਵਰੁਣ ਬੰਸਲ ਜੀ ਦਾ
ਜਿਨ੍ਹਾਂ ਨੇ ਮੈਨੂੰ ਇਹ ਸ਼ੋਅ ਦੇ ਵਿੱਚ ਇੰਨਾ ਅੱਗੇ ਲਿਆਂਦਾ ਹੈ। ਅਤੇ ਮੈਂ ਆਸ ਕਰਦਾ ਹਾਂ ਕਿ ਹੋਰ ਬੱਚੇ ਵੀ ਇਹ ਸ਼ੋਅ ਵਿੱਚ ਆ ਕੇ ਆਪਣਾ ਟੈਲੈਂਟ ਵਿਖਾ ਸਕਦੇ ਨੇ ਅਤੇ ਅੱਗੇ ਵੱਧ ਸਕਦੇ ਹਨ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਸਕਦੇ ਹਨ। ਥੈਂਕ ਯੂ ਸੋ ਮੱਚ KKHD ਸ਼ੋਅ।